top 10 private bee schools in India. Our focus is on cutting edge domain knowledge and benchmarking with world-class businesses. Big Tech, excellence with values. ਨਵੀਂ ਜਗ੍ਹਾ ਸੀ ਮੈਂ ਅਕਾਲੀ ਦਲ ਦੇ ਸਾਰੇ ਵਰਕਰਾਂ ਦਾ ਵੀ ਵਧਾਈ ਦੇਣਾ ਚਾਹੁੰਦਾ ਕਿਉਂਕਿ ਅਕਾਲੀ ਦਲ ਵਰਗੇ ਵਰਕਰ ਕਿਤੇ ਨਹੀਂ ਮੈਂ ਪਿਛਲੀ ਵਾਰ ਮੈਂ ਦੇਖਿਆ ਮੈਂ ਹਰਮੀਤ ਦੇ ਹਲਕੇ ਕਾਲਕਾ ਜੀ ਨੂੰ ਬੋਲਣ ਭੇਜ ਦਿੱਤਾ ਤੇ ਅੱਗੇ ਦੇਖਿਆ ਸਾਰੇ ਲੋਕ ਕੋਈ ਮਦਰਾਸ ਦਾ ਸੀ ਕੋਈ ਕੇਰਲਾ ਦਾ ਸੀ ਤੇ ਆਪਣੇ ਜਹਿਜ਼ਦਾਰ ਉਹਨਾਂ ਨਾਲ ਗੱਲ ਕਰੀ ਜਾਂਦੇ ਸੀ ਨਾ ਉਹਨਾਂ ਨੂੰ ਸਮਝ ਸੀ ਆਪਣੀ ਤੇ ਨਾ ਆਪਾਂ ਨੇ ਪਰ ਸਾਰੇ ਸੈੱਟ ਕਰ ਲਏ ਸੀ ਉਹਨਾਂ ਨੇ ਤੇ ਮੈਂ ਹੈਰਾਨ ਕਿ ਹੁਣ ਬੋਲੀਏ ਕੀ ਸਮਝਾਈਏ ਕੀ ਕਹਿੰਦਾ ਕਿ ਕੋਈ ਗੱਲ ਨਹੀਂ ਅਸੀਂ ਸਮਝਾ ਦੇ ਸਾਰਾ ਕੁਝ ਸੋ ਜਿਹੜੇ ਅਕਾਲੀ ਵਰਕਰ ਹੈ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਚੱਲੇ ਹੈ ਹਰਿਆਣੇ ਆਪਣਾ MLA ਬਣਾ ਲਿਆ ਦਿੱਲੀ ਬਣਾ ਲੈਣਾ ਅਗਲਾ ਨਿਸ਼ਾਨਾ UP ਹੈ ਹੌਲੀ ਹੌਲੀ ਤਾਮਿਲਨਾਡੂ ਤੱਕ ਪਹੁੰਚ ਜਾਵਾਂਗੇ ਮੈਨੂੰ ਲੱਗਦਾ ਜਿਵੇਂ ਕਹਾਵਤ ਹੈ ਕਿ ਸਿੱਖ ਤੇ ਆਲੂ ਜਿੱਥੇ ਮਰਜ਼ੀ ਦੁਨੀਆਂ ਚਲੇ ਜਾਓ ਉੱਥੇ ਮਿਲ ਜਾਂਦਾ ਹੈ ਪਰ ਆਪਣੇ MLA ਵੀ ਹਰ ਜਗ੍ਹਾ ਦੁਨੀਆ ਜਿੱਥੇ ਜਾ ਹੋਣੇ ਚਾਹੀਦੇ ਹੈ ਸੋ ਮੈਂ ਆਹ ਜਿਹੜੀ ਇਲੈਕਸ਼ਨ ਹੈ ਬੜਾ ਅਹਿਮ ਇਲੈਕਸ਼ਨ ਹੈ ਸਾਰੀ ਸਮੁੱਚੀ ਟੀਮ ਤੁਸੀਂ ਆਏ ਹੋ ਮੇਰੀ 2-3 ਬੇਨਤੀਆਂ ਇੱਕ ਪਹਿਲੀ ਬੇਨਤੀ ਕਿਸੇ ਨੇ ਵਾਪਸ ਨਹੀਂ ਜਾਣਾ 7 ਤਰੀਕ ਤੱਕ ਕਿਸੇ ਨੇ ਵੀ ਨਹੀਂ ਦੂਜੀ ਗੱਲ ਕਿਸੇ ਨੇ ਮੇਰੇ ਕੋਲੇ ਕੰਮ ਲੈਣ ਨਹੀਂ ਆਉਣਾ 7 ਦਿਨਾਂ ਤੱਕ ਕਿਉਂਕਿ ਆਹ ਤੁਸੀਂ ਕੰਮ ਕਰਾਉਣ ਵਾਸਤੇ ਨਹੀਂ ਆਏ ਆਪਣੇ ਜਿਹੜਾ ਮੇਰੇ ਕੋਲ ਲੈ ਕੇ ਆਊਗਾ ਇਹਦਾ ਮਤਲਬ ਉਹ ਕਾਰਵਾਈ ਮਾਸਟਰ ਆ ਉਹਦੀ ਤਾਂ 0 ਹੋ ਜਾਊ ਨਾਲ ਦੇ ਨਾਲ 0 ਹੋ ਜਾਊ ਉਹਦਾ ਸੋ ਆਹ 2 ਗੱਲਾਂ ਦੂਜੀ ਗੱਲ ਜਿਵੇਂ ਢੀਂਡਸਾ ਸਾਹਿਬ ਨੇ ਦੱਸਿਆ ਕੋਈ ਮਿਨਿਸਟਰ ਹੋਏ ਕੋਈ ਹੋਏ ਕੋਈ ਗਨਮੈਨ ਨਹੀਂ ਕੋਈ ਸਰਕਾਰੀ ਗੱਡੀ ਤਾਂ ਆਪਾਂ ਕਰ ਰੱਖ ਵੀ ਨਹੀਂ ਸਕਦੇ ਰੈੱਡ ਲਾਈਟ ਨਹੀਂ ਆਪਾਂ ਦੂਜੀ ਗੱਲ ਜਿਹੜਾ ਮੈਂ ਇੱਕ ਹੋਰ ਵੀ ਬਹੁਤ ਜ਼ਰੂਰੀ ਕਰਨਾ ਹੈ ਬਾਦਲ ਸਾਹਿਬ ਮੈਂ ਢੀਂਡਸਾ ਸਾਹਿਬ ਨੇ ਕਈ ਸਮੁੱਚੀ ਲੀਡਰਸ਼ਿਪ ਨੇ ਹਲਕੇ ਹਲਕੇ ਸਪੀਚਾਂ ਦੇਣੀਆਂ ਪਰੰਪਰਾ ਸਾਰਿਆਂ ਨੇ ਆਪਾਂ ਜਾਵਾਂਗੇ ਬੇਨਤੀ ਹੈ ਕਿ ਆਪਣੇ ਪੰਜਾਬ ਦੇ ਵਰਕਰ ਕੋਈ ਲੀਡਰ ਸਟੇਜ 'ਤੇ ਨਾ ਹੋਣ ਲੋਕਲ ਲੀਡਰਸ਼ਿਪ ਜਿਹੜੀ ਸ਼ਹਿਰ ਦੀ ਹੈ ਉਸ ਇਲਾਕੇ ਦੀ ਹੈ ਉਹ ਸਟੇਜ 'ਤੇ ਹੋਣ ਅਤੇ ਅਗਲੀਆਂ ਸੀਟਾਂ ਵੀ ਲੋਕਲ ਲੀਡਰਸ਼ਿਪ ਹੋਏ ਆਪਣੇ ਥੋੜ੍ਹੇ ਪਿੱਛੇ ਜੋ ਹੋਣਗੇ ਖੜ ਕੇ ਜਾਂ ਪਿੱਛੇ ਕਿਉਂਕਿ ਆਪਾਂ ਉਹਨਾਂ ਵਾਸਤੇ ਆਏ ਹਾਂ ਆਪਾਂ ਉਹਨਾਂ ਦੀ ਮਦਦ 'ਤੇ ਆਏ ਹਾਂ ਆਪਾਂ ਕੰਟਰੋਲ ਕਰਨ ਲਈ ਆਏ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਰਹਿ ਗਏ 7-8 ਦਿਨ ਮਾਹੌਲ ਬਹੁਤ ਵਧੀਆ ਪਿਛਲੀ ਵਾਰ 4-3 ਆਈਆਂ ਸੀ ਮੈਨੂੰ ਐਕਟੀ ਪੂਰੀ ਆਸ ਹੈ ਕਿ 4-4 ਆਪਾਂ ਆ ਸਕਦੀਆਂ ਅਤੇ ਉਸ ਆਪਣੇ ਸੀਨੀਅਰ ਲੀਡਰ ਬੀਬੀ ਜਗੀਰ ਕੌਰ ਜੀ ਉੱਥੇ ਇੰਚਾਰਜ ਹੋਣਗੇ ਆਪਣੇ ਵਿਕਰਮ ਮਜੀਠੀਆ ਜੀ ਹੋਣਗੇ ਮਲੂਕਾ ਸਾਹਿਬ ਵੀ ਹੋਣਗੇ ਅਤੇ ਰਾਮੂਵਾਲੀਆ ਸਾਹਿਬ ਵੀ ਉੱਥੇ ਹੀ ਰਜੌਰੀ ਗਾਰਡਨ ਅਤੇ ਬਾਕੀ ਆਪਣੇ ਹੋਰ MLA ਸਾਹਿਬ ਆਪਣੀ ਸਾਰੀ ਟੀਮ ਢੀਂਡਸਾ ਸਾਹਿਬ ਓਵਰਆਲ ਕਮਾਂਡ ਢੀਂਡਸਾ ਸਾਹਿਬ ਵੀ ਇੱਥੇ ਹੈ ਨਾਲ ਬ੍ਰਹਮਪੁਰਾ ਸਾਹਿਬ ਅਤੇ ਨਰੇਸ਼ ਜੀ ਇੱਥੇ ਸਾਰਾ ਕਮਾਂਡ ਕਰਨਗੇ ਇੱਥੇ ਪੂਰੇ ਜਿੱਥੇ ਲੋੜ ਹੈ ਹਰੀਨਗਰ ਵਿੱਚ ਭੁੰਦੜ ਸਾਹਿਬ ਹੋਣਗੇ ਗਰੇਵਾਲ ਸਾਹਿਬ ਹੋਣਗੇ ਅਤੇ ਹੋਰ ਜਿਹਨੂੰ ਵੀ ਤੁਸੀਂ ਚਾਹੋ ਆਪਣੀ ਟੀਮ ਬਿਲਡ ਹੋਰ ਹੈਗੀ ਐਡ ਕਰ ਸਕਦੇ ਲੁਧਿਆਣੇ ਵਾਲੀ ਸਾਰੀ ਟੀਮ ਅਤੇ ਦੂਜੇ ਜਿਹੜੇ ਟੀਮ ਹੋ ਸਕਦੀ ਹੈ ਸ਼ਾਹਦਰਾ ਵੀ ਸੇਵ ਸਿੰਘ ਸੇਖਵਾਂ ਸਾਹਿਬ ਆਪਣੀ ਟੀਮ ਸਾਰੀ ਜਿਹਨੇ ਲੀਡਰਸ਼ਿਪ ਜਿਹਨੂੰ ਚਾਹੁਣਗੇ ਕਿਵੇਂ ਮਰਜ਼ੀ ਅਟੈਚ ਕਰਨਾ ਅੱਜ ਆਪਣੇ ਕਮਾਂਡ ਥੱਲੇ ਅਟੈਚ ਕਰ ਲੈਣ ਕਾਲਕਾ ਜੀ ਚੰਦੂਮਾਜਰਾ ਸਾਹਿਬ ਅਤੇ ਚਰਨਜੀਤ ਬਰਾੜ ਅਤੇ ਹੋਰ ਜਿਹੜੇ ਵੀ ਹੈ ਤੁਸੀਂ ਆਪਣੀ ਚੰਦੂਮਾਜਰਾ ਸਾਹਿਬ ਤੁਸੀਂ ਆਪਣੀ ਜੋ ਕਰਨਾ ਆਪਣੇ ਨਾਲ ਆਪਣੇ ਰੱਖੜਾ ਸਾਹਿਬ ਬੈਠੇ ਹੈ ਸਾਰੇ ਆਪਾਂ ਉੱਧਰਲੇ ਪਾਸੇ ਜਿਹੜਾ ਕਾਲਕਾ ਜੀ ਹਲਕਾ ਹੈ ਉਹ ਹਾਂਜੀ ਮੰਤਰੀ ਤੁਹਾਡੇ ਕੋਲ ਇੱਕ ਨਾਲ ਰੱਖੜਾ ਸਾਹਿਬ ਹੈਗੇ ਅਤੇ ਹੋਰ ਜਿੰਨੇ ਮੰਤਰੀ ਤੁਹਾਨੂੰ ਚਾਹੀਦੇ ਹੈ ਅੱਛਾ ਹੋਰ ਜਿੰਨਾ ਵੀ ਤੁਸੀਂ ਚਾਹੁੰਦਾ ਜਿਹੜੀ ਇਹਦੇ ਬਹਿ ਕੇ ਢੀਂਡਸਾ ਸਾਹਿਬ ਕੋਲ ਬਹਿ ਕੇ ਪਿਛਲੇ ਮਜੋਰਿਟੀ ਡਿਊਟੀਆਂ ਹੈ ਜਿੱਥੇ ਜਿੱਥੇ ਪਿਛਲੇ ਸੀਗੇ ਪਰ ਤੁਸੀਂ ਆਪਣਾ ਕਨਫਰਮ ਕਰ ਲਿਓ ਕਿਉਂਕਿ ਸਾਨੂੰ ਰਿਕਾਰਡ ਕਿਉਂਕਿ ਜੇ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਮੋਨੀਟਰ ਕਰਨਾ ਕਿੱਥੇ ਹੈ ਡਿਊਟੀ ਲੱਗਣੀ ਹੈ ਦਫ਼ਤਰ ਆਪਣਾ ਦਿੱਲੀ ਅਕਾਲੀ ਦਲ ਦਾ ਜਿੱਥੇ ਦਫ਼ਤਰ ਹੈ ਉਹ ਉੱਥੇ ਮੇਨ ਕੰਟਰੋਲ ਰਹੂਗਾ ਨਹੀਂ ਤਾਂ ਬੇਸਿਕਲੀ ਢੀਂਡਸਾ ਸਾਹਿਬ ਦੀ ਕੋਠੀ ਹੈ ਇੱਥੇ ਹੀ ਆਪਾਂ ਨੇੜੇ ਤੇੜੇ ਹਾਂਜੀ ਨਾਲ ਹੀ ਹੈ ਦੋਨੋਂ ਜਗ੍ਹਾ ਜਿੱਥੇ ਹੈਗੇ ਆ ਅਤੇ ਅਸੀਂ ਕੈਂਪੇਨ ਜਿੱਥੇ ਸਿੱਧੇ ਸਾਡੀ ਡਿਊਟੀ ਲਾਉਂਗੇ ਜਿੱਥੇ ਬਾਦਲ ਸਾਹਿਬ ਦਾ ਮੇਰਾ ਅਤੇ ਬੀਬਾ ਜੀ ਦਾ ਜਿੱਥੇ ਤੇ ਪ੍ਰੋਗਰਾਮ ਰੱਖੋਗੇ ਤੁਹਾਡੇ 'ਤੇ ਹੈ ਬਣਾਈ ਚੱਲਿਓ ਜੋ ਕਿਸੇ ਚੀਜ਼ ਦੀ ਲੋੜ ਹੈ ਮੈਨੂੰ ਅਸੀਂ ਦੱਸਦੇ ਰਹੋ
ਆਪਾਂ ਸਾਰੀ ਪਲੈਨਿੰਗ ਨਾਲ ਆ ਸਾਰੇ ਇਲੈਕਸ਼ਨ ਜਿੱਤਣਾ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।